ਅਸਲਾਮ ਅਲੈਕੁਮ ਪਿਆਰੇ ਨਾਜ਼ਰੀਨ ਇੱਕ ਨਵੀਂ ਪੰਜਾਬੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਇਸ ਵੀਡੀਓ ਜਿਸ ਅਸੀਂ ਜ਼ਿਕਰ ਕਰਾਂਗੇ ਸਾਲ 1976 ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਅਖੜ ਫਿਲਮ ਦੇ ਵਿੱਚ ਟਾਈਟਲ ਰੋਲ ਯੂਸਫ ਖਾਨ ਸਾਹਿਬ ਨੇ ਨਿਭਾਇਆ ਇਸ ਫਿਲਮ ਨੂੰ ਤਵੱਕਲ ਫਿਲਮਸ ਦੇ ਬੈਨਰ ਤਲੇ ਪੇਸ਼ ਕੀਤਾ ਗਿਆ ਅਮਾਦ ਆਜ਼ਮ ਬਟ ਨੇ ਇਸ ਫਿਲਮ ਨੂੰ ਪੇਸ਼ ਕੀਤਾ ਇਸ ਫਿਲਮ ਦੇ ਹਦਾਇਤਕਾਰ ਖਵਾਜਾ ਸਰਫਰਾਜ਼ ਸਨ ਇਸ ਫਿਲਮ ਦੇ ਬਾਰੇ ਵਿੱਚ ਮੁਕੰਮਲ معلومات ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਚ ਵੀਡੀਓ ਤੁਸੀਂ ਮੁਕੰਮਲ ਵੇਖੋ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਵੋ ਸਾਲ 1976 ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਅਖੜ ਇਸ ਫਿਲਮ ਦੇ ਫਿਲਮ ਸਾਜ਼ ਸ਼ੇਰਾਜ਼ ਮਹਿਮੂਦ ਬਟਸਨ ਇਸ ਫਿਲਮ ਦੇ ਫਿਲਮ ਸਾਜ਼ ਇਸ ਫਿਲਮ ਦੀ ਕਹਾਣੀ تنویر کاظمی صاحب اوران ਲਿਖੀ میوزک ਦੀ ਗੱਲ ਕੀਤੀ ਜਾਏ ਤੇ ਇਸ ਫਿਲਮ ਦਾ میوزਿਕ ਬਖਸ਼ੀ ਵਜ਼ੀਰ ਨੇ ਤਰਤੀਬ ਦਿੱਤਾ ਤੇ ਮੌਮਨ ਹਦਾਇਤਕਾਰ Ziauddin Qazi son ਇਸ ਫਿਲਮ ਦੇ ਵਿੱਚ ਰੋਨਾ ਲੈਲਾ ਤੇ ਅਫਸ਼ਾਦੀ ਆਵਾਜ਼ ਦੇ ਵਿੱਚ ਗੀਤ ਸ਼ਾਮਿਲ ਕੀਤੇ ਗਏ ਅਕਸ ਬੰਦੀ ਦਾ तमाम ਕੰਮ ਰਸ਼ੀਦ ਅਖਤਰ ਸਾਹਿਬ ਨੇ ਮੁਕੰਮਲ ਕੀਤਾ ਇਸ ਫਿਲਮ ਦੇ ਵਿੱਚ ਜਿੰਨੇ ਗੀਤ ਸ਼ਾਮਿਲ ਕੀਤੇ ਗਏ ਉਹਨਾਂ ਦੀ ਸ਼ਾਇਰੀ ਦੀ ਗੱਲ ਕੀਤੀ ਜਾਏ ਤੇ ਨਾਜ਼ਿਸ਼ ਕਸ਼ਮੀਰੀ अहमद ਰਾਹੀ تنویر نقوی ਅਮੀਨ ਇਯਾਜ਼ ਤੇ ਨੈਰ ਸੋਚ ਹੋਰਾਂ ਇਸ ਫਿਲਮ ਦੇ ਵਿੱਚ ਜਿੰਨੇ ਵੀ ਗੀਤ ਸ਼ਾਮਿਲ ਕੀਤੇ ਗਏ ਇਹਨਾਂ ਦੀ ਸ਼ਾਇਰੀ ਇਹਨਾਂ तमाम ਸ਼ਾਇਰਾਂ ਨੇ ਕੀਤੀ ਹੁਣ ਜ਼ਿਕਰ ਕਰਾਂਗੇ ਇਸ ਫਿਲਮ ਦੇ ਵਿੱਚ ਜਿਹੜੇ ਖੂਬਸੂਰਤ ਚਿਹਰੇ ਸ਼ਾਮਿਲ ਕੀਤੇ ਗਏ ਯੂਸਫ ਖਾਨ ਆਸੀਆ ਸੁਲਤਾਨ ਰਾਹੀ ਹਬੀਬ ਨਾਜ਼ੋ ਨਬੀਲਾ ਨੰਨਾ ਸ਼ਕੀਲ ਸੀਮਾ ਤਾਨੀ ਜਾਂਗੀਰ ਮੁਗਲ ইমরান ਰਾਹੀ ਹਮਾਇਉ ਅਲੀ ਅਨਵਰ ਅਬੂ ਸ਼ਾ ਤੇ ਮਹਿਮਾਨ ਅਦਾਕਾਰ ਮੁਸਤਾਫਾ ਟਿੰਡ आलिया ਬੇਗਮ ਰਾਜਾ ਰਿਆਜ਼ ਤੇ ਵੈਦਾ ਗੁਲ ਇਸ ਫਿਲਮ ਦੇ ਵਿੱਚ ਸ਼ਾਮਿਲ ਹੋਏ ਇਸ ਫਿਲਮ ਦੇ ਵਿੱਚ ਟੋਟਲ 7 ਗੀਤ ਸ਼ਾਮਿਲ ਕੀਤੇ ਗਏ ਸਾਰੇ ਗੀਤ ਬਹੁਤ ਜ਼ਿਆਦਾ ਫੇਮਸ ਸਨ ਇਸ ਫਿਲਮ ਨੂੰ 2 ਫਰਵਰੀ 1976 ਦੇ ਵਿੱਚ ਰਿਲੀਜ਼ ਕੀਤਾ ਗਿਆ। ਵੀਡੀਓ ੱਚੀ ਲਗੀ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸ਼ੁਕਰੀਆ।